ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ, ਅਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ, ਉਹਨਾਂ ਦੀ ਬੈਂਕ ਦੀ ਗਨ। ਗਲਤੀ ਨਾਲ ਗਨ ਉਹਦੇ ਕੋਲੋਂ ਹੱਥੋਂ ਡਿੱਗ ਗਈ ਸੀਗੀ ਅਤੇ ਗਨ ਫਾਇਰ ਹੋ ਗਿਆ ਸੀਗਾ। ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਛ ਨਹੀਂ ਹੋਇਆ ਐਂਡ ਸਭ ਕੁਛ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ। ਜਦ ਪਬਲਿਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਹਾਂ ਉਹ ਲਾਕਡਾਊਨ ਹੈਗਾ, ਗੋਲੀ ਨਹੀਂ ਚੱਲਣੀ ਚਾਹੀਦੀ ਹੈ ਕਿਸੇ ਵੀ, ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਠੀਕ ਹੈ ਨਾ ਸਰ, ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ, ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤੇ ਇਹੀ ਕਿਹਾ ਕਿ ਉਹ ਲੌਕ ਕੰਡੀਸ਼ਨ 'ਚ ਸੀਗਾ ਬਟ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲੋਂ। ਪੁਲਿਸ ਕੰਪਲੇਂਟ ਕੀਤੀ ਹੈ ਜੀ, ਰਿਕੁਐਸਟ ਆਪਾਂ ਦੇ ਰਹੇ ਹਾਂ ਪੁਲਿਸ ਨੂੰ ਰਿਗਾਰਡਿੰਗ ਇਸ ਇਨਸੀਡੈਂਟ ਦੇ ਰਿਗਾਰਡਿੰਗ। ਕਿ ਆਪਾਂ SBI ਦੀ ਮੇਨ ਬ੍ਰਾਂਚ ਪਠਾਨਕੋਟ ਚ ਕੇ ਖੜੇ ਹਾਂ, ਸਾਡੇ ਆਪਣਾ ਕੋਈ ਇਨਫੋਰਮੇਸ਼ਨ ਆਈ ਸੀ ਕਿ ਗਨ ਚੱਲ ਮੌਕੇ ਤੇ ਅਸੀਂ ਚੁਬੀ ਨੰਬਰ 2 ਪਹੁੰਚ ਗਏ ਸੀ, ਨਾਲ ਹੀ ਮੈਂ ਵੀ ਆ ਗਿਆ। ਜਿਹੜਾ ਆਪਾਂ ਇਨੀਸ਼ੀਅਲ ਚੈੱਕ ਕੀਤਾ ਨੂੰ ਇਹ ਸਾਹਮਣੇ ਆਇਆ ਕਿ ਇੱਕ ਦੂਸਰੇ ਬੈਂਕ ਦਾ ਜਿਹੜਾ ਗਨਮੈਨ ਸੀ ਉਹ ਕੈਸ਼ ਲੈ ਕੇ ਇੱਥੇ ਆਏ ਸੀ ਅਤੇ ਉਹ ਨਾਲ ਆਇਆ ਸੀ ਅਤੇ ਉਹ ਜਦੋਂ ਅੰਦਰ ਆਇਆ ਉਦੋਂ ਕੋਲ ਜਿਹੜੀ ਅਣਗਹਿਲੀ ਦੇ ਤੌਰ 'ਤੇ ਜਿਹੜੀ ਉਹਦੀ ਜਿਹੜੀ ਗਨ ਆ ਉਹ ਥੱਲੇ ਡੇਗੀ 12 ਬੋਰ ਦੀ, ਜਿਹਦੇ ਬਾਅਦ ਜਿਹੜੀ ਲੋਡਿਡ ਸੀ ਗਨ ਉਹਦੇ ਨਾਲ ਇੱਕ ਰਾਊਂਡ ਫਾਇਰ ਹੋ ਗਿਆ ਜੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਬਟ ਇੱਕ ਰਾਊਂਡ ਜਿਹੜਾ ਉਹ ਫਾਇਰ ਹੋ ਗਿਆ ਜਿਸ ਕਰਕੇ ਥੋੜ੍ਹਾ ਪੈਨਿਕ ਵੀ ਕ੍ਰੀਏਟ ਹੋ ਗਿਆ ਸੀ। ਬਾਕੀ ਇਹਦੇ ਵਿੱਚ ਹੋਰ ਖਿਲਾਫ ਵੀ ਗੱਲ ਨਹੀਂ ਆਈ। ਜਿਹੜੀ ਮੁੱਢਲੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਹਨੂੰ ਰਾਈਫਲ ਥੱਲੇ ਡਿੱਗੀ ਜਿਹਦੇ ਬਾਅਦ ਉਹ ਆਟੋ ਫਾਇਰ ਹੋ ਗਿਆ ਅਤੇ ਮਤਲਬ ਉਹ ਰਾਊਂਡ ਜਿਹੜਾ ਫਾਇਰ ਹੋ ਗਿਆ। ਸਰ ਗਨਮੈਨ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਗਨ ਆਪਾਂ ਨਹੀਂ ਲਿਜਾ ਸਕਦੇ ਨੇ ਵੀ ਐਸ ਪਰ ਇੰਸਟਰਕਸ਼ਨ ਬੈਂਕ ਦੇ ਅੰਦਰ ਜਿਹੜਾ ਕੋਈ ਵੀ ਬੰਦਾ ਆਪਣੀ ਕੋਈ ਵੀ ਗਨ ਨਹੀਂ ਲੈ ਕੇ ਜਾ ਸਕਦਾ। ਸਿਰਫ ਜਿਹੜਾ ਜਿਸ ਬੈਂਕ ਦਾ ਗਨਮੈਨ ਹੈ ਉਸ ਬੈਂਕ ਦਾ ਜਿਹੜਾ ਗਨਮੈਨ ਉਹ ਬਾਹਰ ਗੇਟ 'ਤੇ ਰਹਿੰਦਾ, ਅੰਦਰ ਕਿਸੇ ਨੂੰ ਵੀ ਕੋਈ ਵੀ ਫਾਇਰ ਆਰਮ ਲੈ ਕੇ ਜਾਣ ਦੀ ਗੱਲ। ਬਾਕੀ ਸਾਰੀ ਗੱਲਾਂ ਨੂੰ ਆਪਾਂ ਜਾਣ ਰਹੇ ਹਾਂ, ਇਹਦੇ ਬਾਅਦ ਜਿਹੜੀ ਤੁਹਾਡੀ ਕੋਈ ਕਾਰਵਾਈ ਹੋਈ। ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ, ਅਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ, ਉਹਨਾਂ ਦੀ ਬੈਂਕ ਦੀ ਗਨ। ਗਲਤੀ ਨਾਲ ਗਨ ਉਹਦੇ ਕੋਲੋਂ ਹੱਥੋਂ ਡਿੱਗ ਗਈ ਸੀਗੀ ਅਤੇ ਗਨ ਫਾਇਰ ਹੋ ਗਿਆ ਸੀਗਾ। ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਛ ਨਹੀਂ ਹੋਇਆ ਐਂਡ ਸਭ ਕੁਛ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ। ਸਰ ਜਦ ਪਬਲਿਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਹਾਂ ਉਹ ਲਾਕਡਾਊਨ ਹੈਗਾ, ਗੋਲੀ ਨਹੀਂ ਚੱਲਣੀ ਚਾਹੀਦੀ ਹੈ ਕਿਸੇ ਵੀ, ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਠੀਕ ਹੈ ਨਾ ਸਰ, ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ, ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ, ਤੇ ਉਹਨਾਂ ਨੇ ਤੇ ਇਹੀ ਕਿਹਾ ਕਿ ਉਹ ਲੌਕ ਕੰਡੀਸ਼ਨ 'ਚ ਸੀਗਾ ਬਟ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲੋਂ। ਪੁਲਿਸ ਕੰਪਲੇਂਟ ਕੀਤੀ ਹੈ ਜੀ, ਰਿਕੁਐਸਟ ਆਪਾਂ ਦੇ ਰਹੇ ਹਾਂ ਪੁਲਿਸ ਨੂੰ ਰਿਗਾਰਡਿੰਗ ਇਸ ਇਨਸੀਡੈਂਟ ਦੇ ਰਿਗਾਰਡਿੰਗ। ਕਿ ਆਪਾਂ SBI ਦੀ ਮੇਨ ਬ੍ਰਾਂਚ ਪਠਾਨਕੋਟ ਚ ਕੇ ਖੜੇ ਹਾਂ, ਸਾਡੇ ਆਪਣਾ ਕੋਈ ਇਨਫੋਰਮੇਸ਼ਨ ਆਈ ਸੀ ਕਿ ਗਨ ਚੱਲ ਮੌਕੇ ਤੇ ਅਸੀਂ ਚੁਬੀ ਨੰਬਰ 2 ਪਹੁੰਚ ਗਏ ਸੀ, ਨਾਲ ਹੀ ਮੈਂ ਵੀ ਆ ਗਿਆ। ਜਿਹੜਾ ਆਪਾਂ ਇਨੀਸ਼ੀਅਲ ਚੈੱਕ ਕੀਤਾ ਨੂੰ ਇਹ ਸਾਹਮਣੇ ਆਇਆ ਕਿ ਇੱਕ ਦੂਸਰੇ ਬੈਂਕ ਦਾ ਜਿਹੜਾ ਗਨਮੈਨ ਸੀ ਉਹ ਕੈਸ਼ ਲੈ ਕੇ ਇੱਥੇ ਆਏ ਸੀ ਅਤੇ ਉਹ ਨਾਲ ਆਇਆ ਸੀ ਅਤੇ ਉਹ ਜਦੋਂ ਅੰਦਰ ਆਇਆ ਉਦੋਂ ਕੋਲ ਜਿਹੜੀ ਅਣਗਹਿਲੀ ਦੇ ਤੌਰ 'ਤੇ ਜਿਹੜੀ ਉਹਦੀ ਜਿਹੜੀ ਗਨ ਆ ਉਹ ਥੱਲੇ ਡੇਗੀ 12 ਬੋਰ ਦੀ, ਜਿਹਦੇ ਬਾਅਦ ਜਿਹੜੀ ਲੋਡਿਡ ਸੀ ਗਨ ਉਹਦੇ ਨਾਲ ਇੱਕ ਰਾਊਂਡ ਫਾਇਰ ਹੋ ਗਿਆ ਜੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਬਟ ਇੱਕ ਰਾਊਂਡ ਜਿਹੜਾ ਉਹ ਫਾਇਰ ਹੋ ਗਿਆ ਜਿਸ ਕਰਕੇ ਥੋੜ੍ਹਾ ਪੈਨਿਕ ਵੀ ਕ੍ਰੀਏਟ ਹੋ ਗਿਆ ਸੀ। ਬਾਕੀ ਇਹਦੇ ਵਿੱਚ ਹੋਰ ਖਿਲਾਫ ਵੀ ਗੱਲ ਨਹੀਂ ਆਈ। ਜਿਹੜੀ ਮੁੱਢਲੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਹਨੂੰ ਰਾਈਫਲ ਥੱਲੇ ਡਿੱਗੀ ਜਿਹਦੇ ਬਾਅਦ ਉਹ ਆਟੋ ਫਾਇਰ ਹੋ ਗਿਆ ਅਤੇ ਮਤਲਬ ਉਹ ਰਾਊਂਡ ਜਿਹੜਾ ਫਾਇਰ ਹੋ ਗਿਆ। ਸਰ ਗਨਮੈਨ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਗਨ ਆਪਾਂ ਨਹੀਂ ਲਿਜਾ ਸਕਦੇ ਨੇ ਵੀ ਐਸ ਪਰ ਇੰਸਟਰਕਸ਼ਨ ਬੈਂਕ ਦੇ ਅੰਦਰ ਜਿਹੜਾ ਕੋਈ ਵੀ ਬੰਦਾ ਆਪਣੀ ਕੋਈ ਵੀ ਗਨ ਨਹੀਂ ਲੈ ਕੇ ਜਾ ਸਕਦਾ। ਸਿਰਫ ਜਿਹੜਾ ਜਿਸ ਬੈਂਕ ਦਾ ਗਨਮੈਨ ਹੈ ਉਸ ਬੈਂਕ ਦਾ ਜਿਹੜਾ ਗਨਮੈਨ ਉਹ ਬਾਹਰ ਗੇਟ 'ਤੇ ਰਹਿੰਦਾ, ਅੰਦਰ ਕਿਸੇ ਨੂੰ ਵੀ ਕੋਈ ਵੀ ਫਾਇਰ ਆਰਮ ਲੈ ਕੇ ਜਾਣ ਦੀ ਗੱਲ।
ਸਾਰੀ ਗੱਲਾਂ ਨੂੰ ਆਪਾਂ ਦੱਸ ਰਹੇ ਹਾਂ।